ਨਿਰੇ ਇਸ਼ਕੇ ਦੇ ਤੰਦ ਨਹੀਂ ਪਾਏ ਅਸੀਂ ਅਸੀਂ ਖੁਦ ਚਰਖੜੀਆਂ ਤੇ ਚੜੇ ਹੋਏ ਹਾਂ ਉੱਬਲਦੀਆਂ ਦੇਗਾਂ ਵਿੱਚ ਕੜੇ ਹੋਏ ਹਾਂ ਸਿਰ ਦੇ ਕੇ ਜਿੱਥੋਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ ਵਿੱਚ ਪੜੇ ਹੋਏ ਹਾਂ ਪ੍ਰੋਗਰਾਮ ਪੰਜਾਬੀ ਵਿਰਸਾ ਸ਼ੁਰੂ ਹੋ ਚੁੱਕਾ ਹੈ ਤੇ ਤੁਹਾਡਾ ਸਵਾਗਤ ਕਰਦੀ ਹੈ ਤੁਹਾਡੀ ਆਪਣੀ ਰੂਪਦਵਿੰਦਰ ਕੌਰ ਮੇਰੇ ਵੱਲੋਂ ਪਿਆਰ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਔਰ ਬਹੁਤ ਹੀ ਅਦਬ ਦੇ ਨਾਲ ਕਹਿੰਦੀ ਹਾਂ ਆਦਾਬ ਅਰਜ਼ ਹੈ ਇਹ ਉਹ ਪ੍ਰੋਗਰਾਮ ਹੈ ਜੋ ਅਸੀਂ ਪੰਜ ਦਰਿਆਵਾਂ ਦੀ ਧਰਤੀ ਨੂੰ ਸਮਰਪਿਤ ਕਰਦੇ ਹਾਂ ਔਰ ਉਸ ਦੇਸ਼ ਦੀਆਂ ਯਾਦਾਂ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤਾਜ਼ਾ ਕਰਦੇ ਹਾਂ ਔਰ ਜਦੋਂ ਆਪਣੇ ਦੇਸ਼ ਦੀ ਮਿੱਟੀ ਨੂੰ ਅਸੀਂ ਇੱਥੇ ਬੈਠ ਕੇ ਸਲਾਮ ਭੇਜਦੇ ਹਾਂ ਤਾਂ ਉਹ ਜਿਹੜੀਆਂ ਯਾਦਾਂ ਜੋ ਸਾਡੇ ਸੀਨੇ ਦੇ ਵਿੱਚ ਇੱਕ ਖਜ਼ਾਨਾ ਬਣ ਕੇ ਰਹਿੰਦੀਆਂ ਨੇ ਉਹ ਅਸੀਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਹਾਂ ਅਤੇ ਇੰਝ ਲੱਗਦਾ ਹੈ ਜਿਵੇਂ ਸੋਚਾਂ ਦੇ ਜਹਾਜ਼ ਦੇ ਵਿੱਚ ਬਹਿ ਕੇ ਅਸੀਂ ਬਿਨਾਂ ਕੋਈ ਕਿਰਾਇਆ ਦੇ ਹੋਏ ਅਸੀਂ ਪਹੁੰਚ ਜਾਂਦੇ ਹਾਂ ਆਪਣੇ ਉਸ ਦੇਸ਼ ਦੇ ਵਿੱਚ ਜਿੱਥੇ ਅਸੀਂ ਜਨਮ ਲਿਆ ਔਰ ਉਸ ਦੇਸ਼ ਦੀਆਂ ਚੰਗੀਆਂ ਮਾੜੀਆਂ ਉੱਚੀਆਂ ਨੀਵੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਹੁੰਦੀਆਂ ਨੇ ਕਹਿੰਦੇ ਨੇ ਕਿ ਜਿਹੜਾ ਆਪਣਾ ਦਰਦ ਹੁੰਦਾ ਹੈ ਉਹ ਆਪ ਹੀ ਬੰਦਾ ਜਾਣਦਾ ਹੁੰਦਾ ਕਿਸੇ ਨੂੰ ਉਹ ਕੀ ਦੱਸੇਗਾ ਔਰ ਜਦੋਂ ਆਪਣੇ ਦਰਦ ਦੀ ਗੱਲ ਆਪਣਿਆਂ ਦੇ ਨਾਲ ਕਰੀਦੀ ਹੈ ਤਾਂ ਉਹਨਾਂ ਨੂੰ ਉਸ ਦੀ ਸਮਝ ਵੀ ਆਉਂਦੀ ਹੈ ਅਤੇ ਉਸ ਦੇ ਬਾਰੇ ਅਸੀਂ ਹੱਲ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ ਸਿਰਫ ਅਸੀਂ ਦਰਦ ਦੀ ਗੱਲ ਨਹੀਂ ਕਰਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਰੰਗਾਂ ਦੀ ਵੀ ਗੱਲ ਕਰਦੇ ਹਾਂ ਜੋ ਰੰਗ ਸਾਡੇ ਸੱਭਿਆਚਾਰ ਦੇ ਹਨ ਜੋ ਸਾਡੇ ਵਿਰਸੇ ਦੇ ਹਨ ਔਰ ਉਹ ਰੰਗ ਜਿਨ੍ਹਾਂ ਨੂੰ ਵੇਖਦੇ ਹੋਏ ਮਾਣਦੇ ਹੋਏ ਅੱਜ ਅਸੀਂ ਗਰਵ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਪੰਜਾਬ ਦੀ ਧਰਤੀ ਨੂੰ ਬਿਲੋਂਗ ਕਰਦੇ ਹਾਂ ਉਸ ਧਰਤੀ ਤੋਂ ਸਾਡਾ ਸੰਬੰਧ ਹੈ ਕਹਿੰਦੇ ਇਹ ਗੁਰੂਆਂ ਦੀ ਪੀਰ ਫਕੀਰਾਂ ਦੀ ਇਹ ਭਗਤ ਸਰਾਭੇ ਵੀਰਾਂ ਦੀ ਮਾਂ ਗੁਜਰੀ ਵਰਗੀਆਂ ਮਾਵਾਂ ਦੀ ਮੇਰੀ ਧਰਤੀ ਪੰਜ ਦਰਿਆਵਾਂ ਦੀ ਔਰ ਉਸ ਪੰਜ ਦਰਿਆਵਾਂ ਦੀ ਧਰਤੀ ਦਾ ਲੋਕ ਸੰਗੀਤ ਬਹੁਤ ਹੀ ਮਸ਼ਹੂਰ ਔਰ ਜਿਸ ਨੂੰ ਕਿ ਬਹੁਤ ਪਿਆਰ ਦਿੱਤਾ ਹੁਣ ਤਾਂ ਜਿਹੜੇ ਗੋਰੇ ਨੇ ਜੀ ਉਹ ਵੀ ਇਸ ਮਿਊਜ਼ਿਕ ਨੂੰ ਪਸੰਦ ਕਰਨ ਲੱਗ ਗਏ ਨੇ ਪਹਿਲਾਂ ਆਪਣੇ ਪੰਜਾਬੀ ਹੁੰਦੇ ਸਨ ਜਿਹੜੇ ਢੋਲ ਦੇ ਨਾਲ ਜਿਨ੍ਹਾਂ ਦੇ ਪੈਰ ਉੱਠਦੇ ਹੁੰਦੇ ਸਨ ਪਰ ਹੁਣ ਤਾਂ ਜਿਹੜੇ ਗੋਰੇ ਨੇ ਉਹ ਵੀ ਸਾਡਾ ਮਿਊਜ਼ਿਕ ਅਪਣਾ ਰਹੇ ਨੇ ਔਰ ਸਾਡੇ ਸੱਭਿਆਚਾਰ ਨੂੰ ਉਹ ਵੀ ਪਸੰਦ ਕਰ ਰਹੇ ਨੇ ਜੇ ਲੋਕ ਸੰਗੀਤ ਦੀ ਗੱਲ ਕਰੀਏ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਚਲੋ ਜਿਹੜੀਆਂ ਸੀਡੀਜ਼ ਹੋ ਗਈਆਂ ਜਾਂ ਗਾਣੇ ਐਲਬਮਸ ਇਹ ਅੱਜ ਕੱਲ੍ਹ ਹੁਣ ਇੱਕ ਨਵਾਂ ਮਾਡਰਨ ਜ਼ਮਾਨਾ ਹੈ ਅਤੇ ਬਹੁਤ ਸਾਰੇ ਸਿੰਗਰ ਵੀ ਆ ਗਏ ਅਤੇ ਬਹੁਤ ਮਿਊਜ਼ਿਕ ਨਵੇਂ ਇੰਸਟਰੂਮੈਂਟਸ ਵੀ ਬਣ ਗਏ ਪਰ ਇੱਕ ਉਹ ਪੁਰਾਣਾ ਜ਼ਮਾਨਾ ਹੁੰਦਾ ਸੀ ਜਦੋਂ ਬਿਲਕੁਲ ਥੋੜ੍ਹੇ ਜਿਹੇ ਇੰਸਟਰੂਮੈਂਟ ਯੂਜ਼ ਹੁੰਦੇ ਸਨ ਔਰ ਇੱਕ ਕਈ ਵਾਰੀ ਢੋਲਕੀ ਦੇ ਨਾਲ ਜਾਂ ਇੱਕ ਤਬਲਾ ਜਾਂ ਤੁੰਬੀ ਇਹੋ ਜਿਹੇ ਸਾਜ਼ ਹੁੰਦੇ ਸਨ ਬਹੁਤ ਥੋੜ੍ਹੇ ਸਾਜ਼ਾਂ ਦੇ ਨਾਲ ਹੀ ਮਿਊਜ਼ਿਕ ਜਿਹੜਾ ਸੀ ਉਹ ਤਿਆਰ ਹੁੰਦਾ ਸੀ ਔਰ ਉਦੋਂ ਕੋਈ ਪ੍ਰਮੋਸ਼ਨਸ ਵੀ ਨਹੀਂ ਸੀ ਹੁੰਦੇ ਬਹੁਤ ਘੱਟ ਰੇਡੀਓ ਸਟੇਸ਼ਨਸ ਹੁੰਦੇ ਸਨ ਟੀ ਵੀ ਸਟੇਸ਼ਨਸ ਤਾਂ ਮੇਰੇ ਖਿਆਲ 'ਚ ਹੁੰਦੇ ਹੀ ਨਹੀਂ ਸਨ ਇੱਕ ਜਲੰਧਰ ਦੂਰਦਰਸ਼ਨ ਹੁੰਦਾ ਸੀਗਾ ਉਹਦੇ ਵਿੱਚ ਵੀ ਸ਼ਾਮ ਨੂੰ 5:30 ਵਜੇ ਮੇਰਾ ਪਿੰਡ ਮੇਰਾ ਖੇਤ ਕਰਕੇ ਪ੍ਰੋਗਰਾਮ ਆਉਂਦਾ ਹੁੰਦਾ ਸੀ ਅਤੇ ਉਸ ਤੋਂ ਬਾਅਦ ਵਿੱਚ ਲਿਸ਼ਕਾਰਾ ਵਰਗਾ ਪ੍ਰੋਗਰਾਮ ਜਾਂ ਜਿਹੜੇ ਇਸ ਤਰ੍ਹਾਂ ਦੇ ਪੰਜਾਬੀ ਰੰਗਾਰੰਗ ਪ੍ਰੋਗਰਾਮ ਸਨ ਲਿਸ਼ਕਾਰਾ ਹੋ ਗਿਆ ਜਾਂ ਸੰਧਲੀ ਪੈਣਾ ਹੋ ਗਿਆ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਕਦੇ ਕਦੇ ਜਿਹੜੇ ਸਿੰਗਰ ਸਨ ਸਕਰੀਨ ਦੇ ਉੱਪਰ ਦਿਸਦੇ ਹੁੰਦੇ ਸਨ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਉਦੋਂ ਸਾਡੇ ਬਹੁਤ ਹੀ ਪਿਆਰੇ ਕਲਾਕਾਰ ਦੀਦਾਰ ਸਿੰਘ ਪਰਦੇਸੀ ਜੀ ਦਾ ਗਾਣਾ ਆਇਆ ਕਰਦਾ ਹੁੰਦਾ ਸੀ ਰਾਤ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ ਪਰਛਾਵਾਂ ਔਰ ਦੇਖੋ ਜੀ ਉਹ ਪੁਰਾਣੇ ਐਸੇ ਗਾਣੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਵੀ ਨਹੀਂ ਸੀ ਬਣੀਆਂ ਪਰ ਉਹ ਸਾਡੇ ਦਿਲਾਂ ਦੇ ਉੱਪਰ ਇਸ ਤਰ੍ਹਾਂ ਉੱਕਰ ਗਏ ਕਿ ਜਿਵੇਂ ਕੋਈ ਚੀਜ਼ ਕਿਸੇ ਦੇ ਉੱਪਰ ਅਸੀਂ ਮੜ ਦੇਈਦੀ ਹੈ ਇੱਕ ਉਹ ਜ਼ਮਾਨਾ ਸੀ ਜਦੋਂ ਸੁਰਿੰਦਰ ਕੌਰ ਜਿਹਨੂੰ ਕਿ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ ਉਸ ਦੀ ਆਵਾਜ਼ ਜਿਹੜੀ ਸੀ ਘਰ ਘਰ ਦੇ ਵਿੱਚ ਗੂੰਜਦੀ ਹੁੰਦੀ ਸੀ ਔਰ ਜਿਹੜੇ ਪੁਰਾਣੇ ਬੋਲ ਹੁੰਦੇ ਸਨ ਉਹ ਬੋਲ ਇਸ ਤਰ੍ਹਾਂ ਦੇ ਹੁੰਦੇ ਸਨ ਕਿ ਸਾਡੇ ਸੀਨੇ ਦੇ ਵਿੱਚ ਉਹ ਘਰ ਘਰ ਜਾਂਦੇ ਸਨ ਔਰ ਅੱਜ ਕੱਲ੍ਹ ਬੜੀਆਂ ਨਵੀਆਂ ਨਵੀਆਂ ਐਲਬਮਸ ਆਉਂਦੀਆਂ ਨੇ ਬਹੁਤ ਨਵੇਂ ਗੀਤ ਆਉਂਦੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੇ ਨਵੇਂ ਗੀਤ ਨੇ ਉਹ ਅਸੀਂ ਪਸੰਦ ਨਹੀਂ ਕਰਦੇ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੁਲਨਾ ਕਰਾਂਗੇ ਕੰਪੈਰੀਜ਼ਨ ਕਰਾਂਗੇ ਪੁਰਾਣੇ ਮਿਊਜ਼ਿਕ ਦਾ ਅਤੇ ਅੱਜ ਦੇ ਮਿਊਜ਼ਿਕ ਦਾ ਮੈਂ ਤੁਹਾਡੇ ਸਾਹਮਣੇ ਇਹ ਸਵਾਲ ਰੱਖਦੀ ਹਾਂ ਕਿ ਕੀ ਜਿਹੜਾ ਪੁਰਾਣਾ ਮਿਊਜ਼ਿਕ ਹੈ ਕਿ ਅਸੀਂ ਅੱਜ ਵੀ ਉਹੀ ਮਿਊਜ਼ਿਕ ਸੁਣਨਾ ਜ਼ਿਆਦਾ ਪਸੰਦ ਕਰਦੇ ਹਾਂ ਜਾਂ ਹੁਣ ਸਾਡੀ ਤਵੱਜੋ ਜ਼ਿਆਦਾ ਨਵੇਂ ਮਿਊਜ਼ਿਕ ਦੇ ਵੱਲ ਆ ਗਈ ਹੈ ਸਾਨੂੰ ਨਵੇਂ
सिंगर जिहड़े ने उन्हां दे गीत ज़्यादा पसंद आउंदे ने। जे नवे सिंगर्स की गल करिए तां बहुत वड्डी लिस्ट इत्थे साडे कोल होवेगी, पर कुछ क नाम जिवें मैं पिछले हफ्ते दे प्रोग्राम दे विच वी लिए सन, जैज़ी बैंस हो गया, दिलजीत दोसांझ हो गया, अज कल गिप्पी गरेवाल ने भी बड़े धमाला पाईआं होईआं ने। जे यूके दे सिंगर्स की गल करिए तां इस दे विच वी बड़े नाम आ जाते हैं, सुखशिंदर शिंदा हो गया और मलकीत सिंह हो गए, और उस दे नाल नाल बहुत सारे जिहड़े ग्रुप्स भी है उन्हां नूं असीं पुराने नहीं कहांगे ते ना नवें कहांगे, क्योंकि जिहड़े ग्रुप्स इस कंट्री दे विच होए ने उन्होंने पुराने म्यूजिक नूं ते नवें म्यूजिक नूं मिला के एक ऐसा धमाका किया कि यह जिहड़ा म्यूजिक है ये हुण पहलां सिर्फ पंजाबियों तक सीमित सी, पर यह म्यूजिक जिहड़ा हुण होर जिहड़ी कम्यूनिटीज़ के लोग ने वह भी सुनन लग पए ने। सो मैं तुहाडियां कॉल्स का इंतजार करांगी और तुहाडे नाल गलबात करना चाहांगी कि तुसीं मैनूं दसो कि तुहानूं जिहड़ा किस तरह का म्यूजिक पसंद है, पुराना म्यूजिक पसंद है या नवा म्यूजिक पसंद है, तुहानूं किहड़े गायक पसंद हन। सुरिंदर कौर वर्गियां पुरानियां जिहड़ियां गायिकावां सन जिन्हां दे कहिंदे कि सड़के सड़के जां दिए मुटियारे नी, कंडा चुबा तेरे पैर वांकिए नारी नी, इहो जिहे गाने जां अज कल दे नवें गाने जिस दे विच मिस पूजा हेक लाउंदी है। सो तुहाडे की ख्याल ने, तुहाडे की विचार ने, सानू तुसी आ के जरूर दस सकदे हो कि नवा 9 दिन ते पुराना 100 दिन तुसी इहदे विच विश्वास रखदे हो जां ओल्ड इज़ गोल्ड। सो वट इज़ योर व्यू, देखदे हां साडे नाल पहले किहड़े कॉलर ने और उन्हां दा असीं स्वागत करांगे। जी आया नू सति श्री अकाल। ਇਹਦੇ ਵਿੱਚ ਕੀ ਹੈਗਾ ਕਿ ਇਹਦੇ ਚ ਪੋਇਟਰੀ ਦਾ ਜਿਹੜਾ ਹੈਗਾ ਨਾ ਉਹਦਾ ਸਤਿਆਨਾਸ਼ ਕਰ ਦਿੱਤਾ। ਉਹਦੇ ਚ ਮਿਕਸਚਰ ਬਹੁਤ ਆ ਗਈ ਹੈਗੀ ਆ ਕਿ ਜਿਹੜਾ ਇਹ ਆਮ ਜਿਹੜੇ ਸਾਡੀ ਜਨਰੇਸ਼ਨ ਦੇ ਬੰਦੇ ਹੈਗੇ ਉਹਨਾਂ ਨੂੰ ਤਾਂ ਸਮਝਣਾ ਔਖਾ, ਕਿਉਂਕਿ ਅੱਜ ਕੱਲ੍ਹ ਦੇ ਜਿੰਨੇ ਸਿੰਗਰ ਚ ਵੀ ਆ ਗਏ ਉਹਨਾਂ ਦਾ ਵੀ ਇਹੋ ਏਮ ਹੁੰਦਾ, ਉਹ ਆਪਣੇ ਉਹਦੇ ਤੇ ਰਿਆਜ਼ ਕਰਨ ਚਾਹੇ ਨਾ ਕਰਨ, ਉਹਨਾਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਸੀਡੀ ਬਣ ਕੇ ਮਾਰਕੀਟ ਚ ਆ ਜਾਏ, ਉਹ ਵਿਕੇ ਚਾਹੇ ਨਾ ਵਿਕੇ, ਚੱਲੇ ਚਾਹੇ ਨਾ ਚੱਲੇ। ਲੇਕਿਨ ਇਹਦੇ ਵਿੱਚ ਕੀ ਹੈਗਾ, ਮੀਡੀਆ ਦਾ ਬਹੁਤ ਬੜਾ ਪਾਰਟ ਹੈਗਾ, ਪਲੇ ਕਰਨ ਦੀ ਲੋੜ ਹੈਗੀ ਆ ਕਿ ਜਿਹੜੇ ਗਾਣੇ ਅੱਛੇ ਨਹੀਂ ਹੈਗੇ ਨਾ, ਜੇ ਅੱਛੇ ਦਾ ਮਤਲਬ ਕਿ ਜਿਹਨਾਂ ਦੇ ਵਿੱਚ ਕਈ ਵਾਰੀ ਹੁੰਦਾ ਕਿ ਲਫ਼ਜ਼ ਬਹੁਤ ਜਣੇ ਕੁੜੱਤਣ ਜਿਹੇ ਬਾਰੇ ਲਿਖੇ ਹੁੰਦੇ ਆ, ਤੇਰਾ ਬੜਾ ਕਰਾਰਾ ਪੂਦਨਾ, ਉਹਦੇ ਚ ਕੀ ਹੈਗਾ, ਕਿੰਨੀਆਂ ਉਹਦੇ ਚ ਗਾਣਾ ਗੁਲਾ ਕੱਢੀਆਂ ਹੈਗੀਆਂ, ਉਹ ਜਿਹੜੇ ਗਾਣੇ ਹੁੰਦੇ ਹੈਗੇ ਨਾ ਉਹ ਪਬਲਿਕ ਦੇ ਵਿੱਚ ਤਾਂ ਨਹੀਂ ਹੁੰਦਾ, ਉੱਦਾਂ ਕਿਸੇ ਨੇ ਜਨਰਲੀ ਕਿਤੇ ਬੈਠ ਕੇ ਕਿਸੇ ਨੇ ਸੁਣਨਾ ਹੋਵੇ ਤਾਂ ਉਹ ਠੀਕ ਹੈ ਉਹਨਾਂ ਵਾਸਤੇ। ਲੇਕਿਨ ਜਿਸ ਵੇਲੇ ਤੁਸੀਂ ਏਅਰ ਤੇ ਕੋਈ ਏਦਾਂ ਦੀ ਕੋਈ ਚੀਜ਼ ਲਿਆਉਂਦੇ ਨਾ, ਉਸ ਵੇਲੇ ਉਹਦਾ ਜਿਹੜਾ ਨਾ ਬੈਲੈਂਸ ਉਹ ਬਣਦਾ ਨੀ, ਜਿੱਦਾਂ ਦੇ ਪੁਰਾਣੇ ਜਿਹੜੇ ਗਾਣੇ ਹੁੰਦੇ ਸੀਗੇ 14ਵੀਂ ਕਾ ਚਾਂਦ ਹੋ, ਉਹ ਭਾਵੇਂ ਤੁਸੀਂ ਹੁਣੇ ਜਦੋਂ ਮਰਜ਼ੀ ਉਹਨਾਂ ਨੂੰ ਸੁਣੀ ਚੱਲੋ, ਜਾਂ ਆਪਣੇ ਪ੍ਰਕਾਸ਼ ਕੌਰ ਸੁਰਿੰਦਰ ਕੌਰ ਦਾ ਅਜੇ ਉਹ ਨਰੋਬੀ ਉਦੋਂ ਵੀ ਯਾਦ ਹੈ, ਸੁਣਦੇ ਹੁੰਦੇ ਸੀ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ, ਉਹ ਹਾਲੇ ਤੱਕ ਵੀ ਉਹ ਜਿਹੜਾ ਹੈਗਾ ਨਾ ਉਹ ਹਰ ਇੱਕ ਬੰਦੇ ਜਿਹੜੇ ਹੈਗੇ ਉਸ ਸਮੇਂ ਦੇ ਉਹਨਾਂ ਨੂੰ ਹਾਲੇ ਤੱਕ ਵੀ ਉਹ ਯਾਦ ਆਉਂਦੀਆਂ। ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਿਹੜੇ ਉਹ ਗਾਣੇ ਸੀ ਉਹਨਾਂ ਦਾ ਰਸ ਕੰਨਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਘੁਲਦਾ ਸੀ ਕਿ ਦਿਲ ਕਰਦਾ ਸੀ ਕਿ ਉਹ ਜਿਹੜੀ ਆਵਾਜ਼ ਹੈ ਉਹਨੂੰ ਇੱਦਾਂ ਲੱਗਦਾ ਸੀ ਜਿਵੇਂ ਮਿਊਜ਼ਿਕ ਦੀ ਲੋੜ ਹੀ ਨਹੀਂ ਹੈਗੀ, ਸਿਰਫ ਮਿਊਜ਼ਿਕ ਤੋਂ ਬਿਨਾਂ ਹੀ ਉਹ ਗੀਤ ਵੀ ਚੱਲੀ ਜਾਵੇ ਤਾਂ ਵੀ ਉਹ ਸੁਣਨ ਨੂੰ ਦਿਲ ਕਰਦਾ ਸੀ। ਹਾਂਜੀ ਹੁਣ ਦੱਸੋ ਨਾ ਹੁਣ ਰੂਪ ਜੋ ਕੀ ਗਾਣਾ ਬਣਿਆ, ਕਿੱਥੇ ਗਏ ਸੀ ਉਹ, ਕਹਿੰਦੇ ਭੂਆ ਦੇ ਗਏ ਸੀ ਜਾਂ ਮਾਸੀ ਦੇ ਗਏ ਸੀ, ਲੇਕਿਨ ਇਹਦਾ ਵੀ ਜਿਹੜਾ ਹੁੰਦਾ ਨਾ, ਤੁਸੀਂ ਦੇਖੋ ਹੁਣ ਪਹਿਲਾਂ ਮਿਊਜ਼ਿਕ ਵਾਲੇ ਵੀ ਤੁਸੀਂ ਦੇਖੋ ਬੈਂਡ ਇੱਥੇ ਕਿੰਨੇ ਹੁੰਦੇ ਸੀਗੇ, ਉਹਨਾਂ ਦਾ ਵੀ ਹੁਣ ਸਲੋਲੀ ਸਲੋਲੀ ਉਹ ਨਾ ਥੋੜੇ ਉਹ ਵੀ ਪਿੱਛੇ ਹਟ ਗਿਆ, ਫਿਰ ਹੁਣ ਡੀਜੇ ਆ ਗਿਆ ਹੈਗਾ। ਹੁਣ ਹਰ ਇੱਕ ਬੰਦਾ ਕਹਿੰਦਾ ਕਿ ਹਰ ਇੱਕ ਅੱਛੇ ਆਰਟਿਸਟ ਦਾ ਗਾਣਾ ਤੁਸੀਂ ਜਿਹੜੇ ਮਰਜ਼ੀ ਡੀਜੇ ਦੇ ਕੋਲ ਉਹਨੂੰ ਕਹੇ ਆ ਵਜਾ ਦਿਓ। ਪਹਿਲਾਂ ਹੁੰਦਾ ਸੀਗਾ ਜੇ ਕੋਈ ਜਿਹੜਾ ਗਰੁੱਪ ਹੈਗਾ ਉਹਨੇ ਆਪਣੇ ਗਾਣੇ ਗਾਉਣੇ ਹੈਗੇ ਆ, ਉਹਨੇ ਉਹ ਗਾਣੇ ਗਾ ਕੇ ਕਿਸੇ ਦਾ ਮਿਊਜ਼ਿਕ ਕਿਸੇ ਪਾਸੇ ਜਾਂਦਾ, ਕਿਸੇ ਕਿਸੇ ਪਾਸੇ ਜਾਂਦਾ, ਤੇ ਲੇਕਿਨ ਟਾਈਮ ਟਾਈਮ ਦੇ ਹਿਸਾਬ ਦੇ ਨਾਲ ਨਾ ਚੇਂਜਿਸ ਆਉਣੀਆਂ ਚਾਹੀਦੀਆਂ।
ਕਿਉਂਕਿ ਜਿਹੜੀ ਹੁਣ ਦੀ ਜਨਰੇਸ਼ਨ ਹੈਗੀ ਉਹਨਾਂ ਨੂੰ ਪੁਰਾਣਾ ਮਿਊਜ਼ਿਕ ਨਹੀਂ ਅੱਛਾ ਲੱਗਦਾ। ਜੀ 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 ਕਿਉਂਕਿ ਉਹਨਾਂ ਨੂੰ ਉਹ ਬੋਰਿੰਗ ਲੱਗਦਾ। ਜਿਹੜਾ ਮੀਡੀਆ ਨੂੰ ਪਾਰਟ ਪਲੇ ਕਰਨਾ ਚਾਹੀਦਾ ਕਿ ਉਹਨੂੰ ਏਅਰ ਦੇ ਉੱਪਰ ਉਹਨੂੰ ਕੰਟਰੋਲ ਕਰਨ ਕੇ ਜਿਹੜਾ ਉਹਨਾਂ ਨੂੰ ਲੱਗੇ ਪਏ ਠੀਕ ਨਹੀਂ ਹੈਗਾ। ਬਾਕੀ ਦਾ ਪੁਰਾਣਾ ਵੀ ਠੀਕ ਸੀਗਾ ਹੁਣ ਦਾ ਵੀ ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਅਜੀਤ ਸਿੰਘ ਚੱਗਰ ਜੀ, ਥੈਂਕ ਯੂ ਵੈਰੀ ਮੱਚ। ਅਤੇ ਤੁਸੀਂ ਕਿਹਾ ਕਿ ਮੇਰਾ ਬੜਾ ਕਰਾਰਾ ਪੂਦਨਾ, ਔਰ ਉਹ ਗਾਣਾ ਤਾਂ ਵੈਸੇ ਬੜਾ ਪੁਰਾਣਾ ਗੀਤ ਹੈ ਔਰ ਬੜਾ ਮਸ਼ਹੂਰ ਵੀ ਹੋਇਆ ਸੀ, ਔਰ ਤੁਹਾਡੀ ਗੱਲ ਸਹੀ ਹੈ, ਉਸ ਗੀਤ ਦੇ ਵਿੱਚ ਅੱਗੇ ਚੱਲ ਕੇ ਕਾਫੀ ਗਾਲੀ ਗਲੋਚ ਵੀ ਹੁੰਦੀ ਹੈ। ਅਤੇ ਤੁਹਾਡੀ ਇਹ ਵੀ ਗੱਲ ਮੈਨੂੰ ਅੱਛੀ ਲੱਗੀ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੀਤ ਹਰ ਮਾਹੌਲ ਦੇ ਵਿੱਚ ਹੀ ਸੁਣਿਆ ਜਾਣ ਵਾਲਾ ਹੋਵੇ। ਜੇ ਹੁਣ ਚਾਰ ਦੋਸਤ ਬੈਠੇ ਨੇ ਔਰ ਆਪਣਾ ਇੰਜੋਏ ਕਰ ਰਹੇ ਨੇ ਅਤੇ ਉਹ ਮੇਰਾ ਬੜਾ ਕਰਾਰਾ ਪੂਦਨਾ ਸੁਣ ਵੀ ਰਹੇ ਆ, ਅਤੇ ਉਹਦੇ ਵਿੱਚ ਕੋਈ ਗੱਲ ਨਹੀਂ ਕਿਉਂਕਿ ਉਹ ਮੇਲ ਫਰੈਂਡਸ ਆਪਸ ਦੇ ਵਿੱਚ ਬੈਠੇ ਨੇ। ਇਸੇ ਤਰ੍ਹਾਂ ਹੀ ਜਦੋਂ ਲੇਡੀਜ਼ ਬੈਠਦੀਆਂ ਨੇ ਉਹਨਾਂ ਨੂੰ ਉਹ ਹੋਰ ਤਰ੍ਹਾਂ ਦੇ ਗਾਣੇ ਪਸੰਦ ਆਉਂਦੇ ਨੇ, ਸੋ ਇਹ ਮਾਹੌਲ ਦੀ ਵੀ ਗੱਲ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਜੀਤ ਸਿੰਘ ਜੀ। ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ ਜੀ? ਮੈਂ ਜੋਲ ਬੋਲਦਾ ਹਾਂ ਇਸ ਤੋਂ। ਹਾਂਜੀ ਜੋਲ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਤੇ ਤੁਹਾਡੇ ਇਸ ਟੌਪਿਕ ਦੇ ਉੱਪਰ ਕੀ ਵਿਚਾਰ ਨੇ? ਪਹਿਲੀ ਗੱਲ ਤਾਂ ਜਿਹੜਾ ਉਹਨੇ ਪੂਰਨੇ ਬਾਰੇ ਗੱਲ ਕੀਤੀ, ਉਹ ਗਾਣਾ ਅੱਜ ਦਾ ਨਹੀਂ ਗਾ, 40 ਸਾਲ ਪੁਰਾਣਾ ਗਾਣਾ ਆ। ਤੇ ਉਹ ਗਾਣਾ ਐਜ ਏ ਪਿੰਡਾਂ ਚ ਸਿੱਠਣੀਆਂ ਦੇ ਤੌਰ ਤੇ ਗਾਉਂਦੇ ਹੁੰਦੇ ਸੀ, ਠੀਕ ਹੈ ਜੀ? ਜੀ ਜੀ ਬਿਲਕੁਲ। ਦੂਜੀ ਗੱਲ ਆ ਵੀ ਜਿਹੜਾ ਸੁਰਿੰਦਰ ਕੁਮਾਰ ਦਾ ਜ਼ਮਾਨਾ, ਉਹ ਭਾਵਾਂ ਆਉਣਾ ਨੇ ਓਲਡ ਇਜ਼ ਗੋਲਡ ਭਾਵਾਂ ਹੈਗਾ। ਜੋ ਮੈਂ ਤੁਹਾਨੂੰ ਅੱਜ ਦੀ ਗੱਲ ਕਰਦਾ, ਮੈਂ 56 ਈਅਰ ਓਲਡ ਆ, ਮੈਂ ਕਾਫੀ ਚਿਰ ਤੋਂ 40 ਸਾਲ ਦਾ ਚੀਜ਼ ਨਾਲ ਜੁੜਿਆ। ਪਰ ਜਿਹੜੇ ਅੱਜ ਕੱਲ ਮੁੰਡੇ ਹੁਣ ਕੁੜੀਆਂ ਗਾਣੇ ਗਾਉਂਦੇ ਆ ਨਾ, ਇਹ ਵੀ ਜਿਹੜਾ ਉਹ ਲੱਚਰਪਣਾ ਤੋਂ ਹਟ ਕੇ ਬਹੁਤ ਵਧੀਆ ਸੋਲਿਡ ਸ਼ਾਇਰੀ ਗਾ ਰਹੇ ਆ। ਬਹੁਤ ਸਾਡੀ ਸ਼ਾਇਰੀ ਪ੍ਰਫੁੱਲਿਤ ਹੋ ਰਹੀ ਆ। ਸਾਡੇ ਇੰਗਲੈਂਡ ਦੇ ਸਾਰੇ ਮਿਊਜ਼ਿਕਾਰਾਂ ਨੇ ਸਾਡੇ ਮਿਊਜ਼ਿਕ ਨੂੰ ਬਾਲੀਵੁੱਡ ਤੇ ਹਾਲੀਵੁੱਡ ਤੱਕ ਪਹੁੰਚਾਇਆ, ਤੇ ਸਾਡੇ ਗਾਣੇ ਇੰਗਲੈਂਡ ਦੇ ਸਪੈਸ਼ਲੀ ਗਾਣੇ ਆਸਟ੍ਰੇਲੀਆ, ਅਮੈਰੀਕਾ, ਕੈਨੇਡਾ ਸਾਰੇ ਵਰਲਡ ਚ ਸੁਣੇ ਜਾਂਦੇ, ਈਵਨ ਪੰਜਾਬ ਚ, ਈਵਨ ਬਾਲੀਵੁੱਡ ਚ, ਠੀਕ ਹੈ ਜੀ? ਇਹ ਚੀਜ਼ ਦਾ ਦੋ ਰਾਏ ਨਹੀਂ ਹੈਗੀ। ਭਾਵਾਂ ਨਵਾਂ ਇਹ ਨਵੇਂ ਜਿਹੜੇ ਨਵਾਂ ਨਾਂ ਦੇਣ ਵਾਲੀ ਭਾਵਾਂ ਕਹਾਵਤ ਆ, ਜਿਹੜੀ ਪੁਰਾਣਾ ਸੌ ਦੇਣਾ ਉਹ ਸੋਲਿਡ ਗੱਲ ਹੈ, ਮਤਲਬ ਓਲਡ ਇਜ਼ ਗੋਲਡ। ਪਰ ਨਵੀਂ ਜਿਹੜੀ ਕਹਾਵਤ ਹੈ, ਜਿਹੜੇ ਬੱਚੇ ਹੁਣ ਗਾਉਂਦੇ ਆ ਬਹੁਤ ਸੁਲਝੇ ਗਾਉਂਦੇ ਆ। ਦੂਜੀ ਗੱਲ, ਸਾਡੇ ਅੱਜ ਤੋਂ 30-35 ਸਾਲ ਪਹਿਲਾਂ ਜਿਹੜੀਆਂ ਸ਼ਹਿਰਾਂ ਚ ਮੈਰਿਜ ਹੁੰਦੀਆਂ ਸੀ ਉੱਥੇ ਹਿੰਦੀ ਸੌਂਗ ਗਾਉਂਦੇ ਹੁੰਦੇ ਸੀ। ਹੁਣ ਕੋਈ ਵੀ ਪੰਜਾਬੀ ਵਿਆਹ ਆ, ਹਿੰਦੂ, ਮੁਸਲਿਮ, ਸਿੱਖ, ਸਾਰੇ ਕ੍ਰਿਸਚਨ, ਸਾਰੇ ਵਿਆਹਾਂ ਦੇ ਉੱਤੇ ਸਾਡਾ ਪੰਜਾਬੀ ਗਾਣਾ ਜਿਹਨੂੰ ਅਸੀਂ ਪਹਿਲਾਂ ਲੱਚਰ ਕਹਿੰਦੇ ਹੁੰਦੇ ਉਹੀ ਚੱਲਦਾ। ਦੈਟ ਸੋਲਿਡ ਸੌਂਗ ਆ, ਬਹੁਤ ਵਧੀਆ ਸ਼ਾਇਰੀ ਗਾ ਹੋ ਰਹੀ ਆ। ਤੇ ਉਹ ਦੂਜੀ ਗੱਲ ਆ ਵੀ ਹੁਣ ਜਦੋਂ ਜਨਰੇਸ਼ਨ ਦਾ ਟਾਈਮ ਪੈ ਜਾਂਦਾ, ਗੈਪ ਹੋ ਜਾਂਦਾ, ਫਿਰ ਦੂਜੇ ਨੂੰ ਦੂਜੀ ਚੀਜ਼ ਪਸੰਦ ਨਹੀਂ ਆਉਂਦੀ। ਪਰ ਜੋ ਨਵਾਂ ਕਲਚਰ ਵੀ ਕ੍ਰੀਏਟ ਹੋ ਰਿਹਾ, ਦੀ ਬੈਸਟ ਹੋ ਰਿਹਾ। ਜੋਲ ਸਾਹਿਬ, ਤੁਹਾਡੇ ਵਿਚਾਰ ਮੈਨੂੰ ਬਹੁਤ ਹੀ ਵਧੀਆ ਲੱਗੇ, ਥੈਂਕ ਯੂ ਸੋ ਮੱਚ ਤੁਸੀਂ ਕਾਲ ਕੀਤੀ ਹੇਸ ਤੋਂ। ਦੇਖੋ, ਕਦੀ ਵੀ ਤਸਵੀਰ ਦਾ ਇੱਕ ਪਾਸਾ ਨਹੀਂ ਹੁੰਦਾ, ਦੋ ਪਾਸੇ ਹੁੰਦੇ ਨੇ। ਹੁਣ ਜੇ ਪੁਰਾਣੇ ਗੀਤਾਂ ਦੀ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਨੂੰ ਬਹੁਤ ਲੋਕ ਬਹੁਤ ਪਸੰਦ ਕਰਦੇ ਨੇ, ਪਰ ਉਹਨਾਂ ਦੇ ਕੁਛ ਗਾਣਿਆਂ ਦੇ ਉੱਪਰ ਅੱਜ ਵੀ ਕਿੰਤੂ ਪ੍ਰੰਤੂ ਹੁੰਦਾ ਵਰਡਿੰਗ ਦੇ ਉੱਪਰ, ਕਿ ਉਹ ਜਿਹੜੀ ਡਬਲ ਮੀਨਿੰਗ ਸੀ ਜਾਂ ਉਹ ਗਲਤ ਮੀਨਿੰਗ ਦੇ ਗਾਣੇ ਗਾਉਂਦੇ ਸੀ। ਸੋ ਇਹ ਆਪਣੀ ਆਪਣੀ ਰਾਏ ਹੁੰਦੀ ਹੈ, ਕਿਸੇ ਨੂੰ ਉਹੀ ਚੀਜ਼ ਬਹੁਤ ਅੱਛੀ ਲੱਗਦੀ। ਹਾਂਜੀ, ਉਹਨਾਂ ਨੇ ਜਿਹੜੇ ਮੈਂ ਚਾਰ ਗਾਣੇ ਟਿਕਲ ਕੀਤੇ, ਉਹ ਚਾਰ ਗਾਣੇ ਬੇਸ਼ਕ ਲੱਚਰ ਗਾਏ। ਪਿਛਲੇ ਵੀਕ ਮੈਨੂੰ ਬਹੁਤ ਮਸ਼ਹੂਰ ਰੇਡੀਓ ਪ੍ਰੈਜੈਂਟਰ ਸੀ ਮੰਨਾ ਬੈਂਸ ਪੈ, ਕਹਿੰਦੇ ਜਿਹੜਾ ਚਲੋ ਮੈਂ ਜੋ ਗਾਣਾ ਤੁਸੀਂ ਸੁਣ ਰਹੀ ਹਾਂ ਰੂਪ ਤੇਰਾ ਸੱਪਣੀ ਦੇ ਡੰਗ ਵਰਗਾ, ਉਹ ਕਹਿੰਦੇ ਵੀ ਇਹ ਕੋਈ ਗਾਣਾ ਹੋਇਆ? ਮੈਂ ਕਿਹਾ ਯਾਰ ਦੱਸੋ ਯਾਰ, ਉਹ ਗਾਉਣ ਵਾਲਾ ਵੀ ਬਲਵੀਰ ਬੋਪਾਰ ਆ, ਲਿਖਣ ਵਾਲਾ ਵੀ, ਇੰਨਾ ਟੌਪ ਸੌਂਗ ਆ, ਔਰ ਉਹਦੇ ਚ ਉਹਨੇ ਕੋਈ ਲੱਚਰ ਗੱਲ ਨੀ ਕੀਤੀ। ਜੋ ਉਹਨੇ ਗੱਲ ਕਿਹਾ, ਤੁਸੀਂ ਕਿਸੇ ਚੀਜ਼ ਨੂੰ ਲੈਣੇ ਕਿੱਦਾਂ, ਤੁਹਾਡਾ ਆਪਣਾ ਵਿਊ ਹੁੰਦੇ ਵੀ ਕਿਸੇ ਚੀਜ਼ ਨੂੰ ਲੈਣੇ ਕਿੱਦਾਂ। ਜੋ ਉਹਨੇ ਸ਼ਾਇਰੀ ਪੇਸ਼ ਕੀਤੀ, ਹੁਣ ਜੇ ਪੁਰਾਣੇ ਬੰਦੇ ਨੂੰ ਨਹੀਂ, ਜਿਹੜੇ 80 ਸਾਲ ਦਾ ਬੰਦੇ ਨਹੀਂ ਗੱਲ ਪਸੰਦ ਆਉਂਦੀ ਅੱਜ ਕੱਲ੍ਹ ਦੇ ਮੁੰਡਿਆਂ ਦੀ, ਉਹ ਦੇ ਦੇ ਡੋਂਟ ਕੇਅਰ, ਸਿੱਧੀ ਗੱਲ ਇਹ ਆ। ਜੀ 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 ਜਿਹੜੇ ਗਾਣੇ ਹੁਣ ਹਿੱਟ ਹੁੰਦੇ ਆ ਅੱਜ ਕੱਲ੍ਹ ਜੋ ਹੁਣ ਜੋ ਲੇਟੈਸਟ ਮੁੰਡੇ ਬੱਚੇ ਅੱਜ ਕੱਲ੍ਹ ਗਾ ਰਹੇ, ਭਾਵੇਂ ਕੱਲ੍ਹ ਗਾਣਾ ਆਇਆ, ਪਰਸੋਂ ਗਾਣਾ ਆਇਆ, ਉਹ 'ਚ ਕੋਈ ਲੱਚਰਤਾ ਨਹੀਂ, ਉਹ 'ਚ ਅਸਲੀਅਤ ਆ। ਯਾਨੀ ਤੁਸੀਂ ਕਹਿੰਦੇ ਹੋ ਕਿ ਜੋ ਮਾਹੌਲ ਦੇ ਵਿੱਚ ਹੋ ਰਿਹਾ, ਟਾਈਮ ਇਜ਼ ਚੇਂਜ, ਪਰ ਤੁਸੀਂ ਜਿਹੜੇ ਪੁਰਾਣੇ ਮੇਰੇ ਹਾਣੀ ਬੰਦੇ ਆ, ਜਿੱਥੋਂ ਮੇਰੇ ਤੋਂ ਬਜ਼ੁਰਗ ਆ, ਮੇਰੇ ਭਰਾ ਆ, ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜੇ ਬਾਲੀਵੁੱਡ ਵਾਲੇ ਉਹ ਸਦਾਈ ਆ, ਸਾਡੇ ਸਾਰੇ ਗਾਣੇ ਲੈ ਰਹੇ ਫਿਲਮਾਂ ਦੇ ਵਿੱਚ। ਇਹ ਵੀ ਗੱਲ ਠੀਕ ਹੈ। ਥੈਂਕ ਯੂ ਜੋਲ ਸਾਹਿਬ, ਤੁਹਾਡੇ ਵਿਚਾਰਾਂ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕਾਲ ਕੀਤੀ ਔਰ ਆਪਣੇ ਵਿਚਾਰ ਦਿੱਤੇ। ਇਹ ਵੀ ਗੱਲ ਸਹੀ ਹੈ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਤਸਵੀਰ ਦੇ ਦੋ ਪਾਸੇ ਹੁੰਦੇ ਆ, ਇੱਕ ਨਹੀਂ ਹੁੰਦਾ, ਅਤੇ ਸਾਰੇ ਅਸੀਂ ਹਰ ਇੱਕ ਜਦੋਂ ਵੀ ਕੋਈ ਅਸੀਂ ਸਟੇਟਮੈਂਟ ਦਿੰਦੇ ਹਾਂ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਨਹੀਂ ਵਿੱਚ ਲੈ ਕੇ ਆ ਸਕਦੇ, ਉਦੋਂ ਅਸੀਂ ਇਹ ਮਤਲਬ ਇੱਕ ਛਾਨਣੀ ਜਿੱਦਾਂ ਛਾਨੀ ਦੀ ਹੈ, ਉਹਦੇ ਵਿੱਚੋਂ ਕੁਛ ਚੀਜ਼ਾਂ ਚੰਗੀਆਂ ਵੀ ਨਿਕਲਦੀਆਂ ਅਤੇ ਕੁਛ ਬੁਰੀਆਂ ਵੀ
ਵੀ ਨਿਕਲਦੀਆਂ। ਸੋ ਇਹ ਚੀਜ਼ ਜ਼ਰੂਰੀ ਹੈਗੀ। ਤੁਹਾਡਾ ਕਾਲ ਕਰਨ ਦਾ ਧੰਨਵਾਦ, ਅਸੀਂ ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰਾਂਗੇ। ਹੈਲੋ ਜੀ, ਹੈਲੋ, ਮੈਨੂੰ ਮੈਨੂੰ ਮੇਰੀ ਟੀਮ ਨੇ ਦੱਸਿਆ ਹੈ ਕਿ ਹੁਣ ਬ੍ਰੇਕ ਦਾ ਵਕਤ ਹੋ ਗਿਆ ਹੈ ਔਰ ਜਿਹੜੇ ਸਾਡੇ ਕਾਲਰਸ ਇਸ ਵਕਤ ਹੋਲਡ 'ਤੇ ਹਨ, ਪਲੀਜ਼ ਤੁਸੀਂ ਇਸੇ ਤਰ੍ਹਾਂ ਹੀ ਫੋਨ ਜਿਹੜਾ ਹੈ ਉਹ ਆਪਣਾ ਹੋਲਡ ਕਰਕੇ ਰੱਖਣਾ। ਅਸੀਂ ਤੁਹਾਡੇ ਨਾਲ ਹੁਣੇ ਗੱਲ ਕਰਾਂਗੇ।